अच्छा अच्छा, आप लोगों को एक बहुत इम्पोर्टेंट इन्फॉर्मेशन दे रही है भाई। जी मैं मर गया। कल से शॉर्ट क्लास है, मैंने वीडियो पूरी करके जाना है इंग्लैंड। मैनू भाई बैंक डिटेल ते इंस्टाग्राम को ना स्नैप लिखा दो, मेरा की पता होता महाराज। इंस्टाग्राम ते परमेश वर्मा दी रात ते मनाली जा। हां भाई ओदे करदा मैं उधर ਸ਼ੂਟ ਚੱਲ ਰਿਹਾ ਜੀ ਸਾਡੇ ਅਗਲੇ ਗਾਣੇ ਦਾ। ਕਿਊਟ ਮੁੰਡਾ ਪਰਮੇਸ਼ੁਰ ਕਰ ਰਿਹਾ, ਬਹੁਤ ਕ੍ਰੀਏਟਿਵ ਬੰਦਾ। ਹਾਲਾਂਕਿ ਕਈ ਘੈਂਟ ਜਿਹੜੇ ਆਈਡੀਆ ਉਹ ਮੈਂ ਵੀ ਦਿੱਤੇ ਨੇ ਵਿੱਚ, ਪਰ ਇੱਕ ਗੱਲ ਪੈਸ਼ਨੇਟ ਬਹੁਤ ਆ। ਦੇਖ ਲਓ ਦੋ ਦਿਨ ਹੋ ਗਏ ਬਿਮਾਰ ਹੀ ਕੰਮ ਕਰੀ ਜਾਂਦਾ, ਵਿੱਚੇ ਗੋਲੀਆਂ ਵੀ ਖਾਈ ਜਾਂਦਾ, ਪਰ ਇਹਦਾ ਪੈਸ਼ਨ ਜਿਹੜਾ ਨਾ ਉਹ ਬਹੁਤ ਉੱਚ ਦਰਜੇ ਦਾ। ਜੇ ਮੈਂ ਇੰਨਾ ਬਿਮਾਰ ਹੋਵਾਂ ਮੈਂ ਨਾ ਕਦੇ ਵੀ ਨਿਕਲਾਂ ਘਰੋਂ। ਪਰ ਖੈਰ ਵੀਡੀਓ ਵੀ ਬਹੁਤ ਸੋਹਣੀ ਬਣ ਰਹੀ ਹੈ, ਅਤੇ ਬਾਕੀ ਮਨਾਲੀ ਨੂੰ ਪੁੱਛੋ। ਬਾਕੀ ਬਾਈ ਕ੍ਰੀਏਟਿਵ ਟੀਮ ਆ, ਪਹਿਲਾਂ ਤੁਹਾਨੂੰ ਪਤਾ ਹੀ ਆ, ਤਿੰਨ ਪੈਗ ਨੇ ਗਾਹ ਪਾਇਆ ਹੋਇਆ। ਨਾਲੇ ਮਨਾਲੀ ਆ ਵੀ ਗੱਲ ਸੋਚਣ ਵਾਲੀ ਆ ਵੀ, ਦੇਖੋ ਕੰਮ ਕਰਾਂਗੇ ਫੇਰ ਹੀ ਆ ਹਨਾ ਵੀ, ਆ ਵੀ ਰੋਟੀ ਵੀ ਖਾਣੀ ਹੈ। ਹਾਂ ਵੀ ਬਹੁ ਨੇ ਬਿਮਾਰ ਨੇ ਤੇ ਬਹੁ ਨੇ ਤਾਂ ਵੀ ਬਾਈ ਪੈਰਾਸੀਟਾਮੋਲ ਖਾ ਲਿਆ ਬਾਈ, ਤੇ ਪੈਰਾਸੀਟਾਮੋਲ ਦਾ ਨਾ ਪੱਤਾ ਖਾ ਗਿਆ ਪੂਰਾ। ਇਹ ਲੋਕ ਤੋਂ ਨਾਲੇ ਨੂੰ ਕਹਿ ਦੇਣਾ ਕਿ ਬਾਈ ਇਹਦੇ 12 ਰੁਪਏ ਐਕਸਟਰਾ ਲੱਗਣਗੇ, ਪੈਰਾਸੀਟਾਮੋਲ ਤਾਂ ਬੜਾ ਖਾ। ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਵੀਰੇ। ਸਤਿ ਸ਼੍ਰੀ ਅਕਾਲ ਜੀ, ਅੱਜ ਨਵਾਂ ਗਾਣਾ ਸ਼ੂਟ ਕਰਨ ਜਾ ਰਹੇ ਹਾਂ ਤੇ ਦਵਾਈਆਂ ਵੀ ਖਾ ਕੇ ਕੰਮ ਕਹਿਵਾ, ਤੁਸੀਂ ਪਿਆਰ ਦੇ ਦਿੰਦੇ ਰਹੋ ਤੇ ਸਪੋਰਟ ਕਰਿਓ। ਸੱਚੀ ਯਾਰ ਇਹ ਵੀਡੀਓ 'ਚ ਬਹੁਤ ਮਿਹਨਤ ਲੱਗ ਰਹੀ ਆ ਮੇਰੀ, ਕਿਉਂਕਿ ਮੇਰੀ ਤਬੀਅਤ ਸੱਚੀ ਬਹੁਤ ਖਰਾਬ ਹੈ। ਲਵ ਜੂਸ ਪੰਮੇ ਆਪਣਾ ਦਵਾਈ ਦੇ ਯਾਰ ਮੇਰਾ ਵੀਰ ਬਣ ਕੇ। गिफ्ट मिला है मुझे, सोचो किसने मुझे ये गिफ्ट किसने दिया। किसी ने भी नहीं दिया, वही तो प्रॉब्लम है। अच्छा आप लोगों को एक बहुत इम्पोर्टेंट इन्फॉर्मेशन देनी है, जिन जिन के पास आई मीन जिन जिन को ये रूमर सुनने में आई है कि मैं परमिश डेट कर रहे हैं। एक सेकेंड, ये बिल्कुल राखी बांध सकते हैं।